ਅੱਜ ਜੀ ਗੱਲ ਜੀ ਸਾਰਿਆਂ ਨੂੰ ਸੋਨਦਾ ਤੁਸੀਂ ਕਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਨਵੇਂ ਜਿਹੜੇ ਕੇਸਾਂ ਦੀ ਗਿਣਤੀ ਜਿਸ ਤਰ੍ਹਾਂ ਕਿ ਤੁਹਾਨੂੰ ਦੱਸੀ ਸੀ ਹਫ਼ਤੇ ਦੇ ਹਫ਼ਤੇ ਦੱਸੀ ਜਾਣੀਆਂ ਅਤੇ ਉਹ ਤੁਹਾਨੂੰ ਅਸੀਂ ਕੱਲ ਦੱਸ ਦਿੱਤੇ ਨਵੀਂ ਜਿਹੜੀ ਗਿਣਤੀ ਸਾਨੂੰ ਅਗਲੇ ਹਫ਼ਤੇ ਮਿਲਣੀ ਹੈ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਇਟਲੀ ਦੇ ਵਿੱਚ ਜਿਹੜੀ ਨਵੀਂ ਸਰਕਾਰ ਆ ਉਹਨਾਂ ਨੇ ਨੈਸ਼ਨੈਲਟੀ ਜਿਹੜੀ ਚਿੱਤਾ ਦੀ ਨਾਂ ਸਹੀ ਤਰ੍ਹਾਂ ਜਿਹਨੂੰ ਨੈਸ਼ਨੈਲਟੀ ਕਿਹਾ ਜਾਂਦਾ ਪਰਮੈਸੂ ਦੀ ਸੁਜੋਰ ਨੂੰ ਅਤੇ ਹੋਰ ਜਿਹੜੀ ਇਮੀਗ੍ਰੇਸ਼ਨ ਆ ਇਹਨਾਂ ਦੇ ਵਿੱਚ ਕੁਝ ਬਦਲਾਵ ਲਿਆਣਗੇ ਪਰ ਹੁਣ ਅੱਜ ਜਿਹੜੀ ਤਰੀਕ ਆ ਜੇ ਅਸੀਂ ਕਰ ਲਈਏ 5 ਨਵੰਬਰ ਦਿਨ ਸ਼ਾਮ ਦੇ 7 7:30 ਵਜਣ ਲੱਗੇ ਆ ਐਸ ਟਾਈਮ ਤੱਕ ਨੈਸ਼ਨੈਲਟੀ ਉੱਤੇ ਪੇਪਰਾਂ ਦੇ ਉੱਤੇ ਇਮੀਗ੍ਰੇਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਪਡੇਟ ਨਹੀਂ ਆਇਆ ਸਿਰਫ ਸਰਕਾਰ ਐਸ ਟਾਈਮ ਗੱਲਾਂ ਕਰ ਰਹੀ ਹੈ ਸ਼ਾਇਦ ਅਗਲੇ ਹਫ਼ਤੇ ਦੇ ਵਿੱਚ ਕੋਈ ਅਪਡੇਟ ਆ ਜਾਊਗਾ ਜੇਕਰ ਸਾਡੇ ਕੋਲ ਕੋਈ ਵੀ ਅਪਡੇਟਾਂ ਦਾ ਤਾਂ ਅਸੀਂ ਜਿਹੜਾ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਅੱਜ ਪੂਰੇ ਦਿਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਜਿਹੜੀ ਨਵੀਂ ਨਿਊਜ਼ ਆਈ ਉਹ ਇਹ ਹੈ ਕਿ ਸਰਕਾਰ ਆ ਜਿਹੜੀ ਤਕਰੀਬਨ 3200 ਕਰੋੜ ਯੂਰੋ ਇਟਲੀ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੀ ਹੈ ਬੰਦਿਆਂ ਦੇ ਉੱਤੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ 99500 ਕਰੋੜ ਇਹਨਾਂ ਨੇ 2022 ਦੇ ਵਿੱਚ ਜਿਹੜੇ ਹੁਣ ਲਾਸਟਲੀ 2 ਮਹੀਨੇ ਚੱਲਦੇ ਇਹਦੇ ਵਿੱਚ ਕਰਨ ਜਿਨ੍ਹਾਂ ਦੇ ਵਿੱਚ ਬੋਨਸ ਬੋਲੇ ਤੇ ਅਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਜਿਹੜੀਆਂ ਸਰਕਾਰ ਸਰਵਿਸਾਂ ਦੇ ਰਹੀ ਹੈ ਇਟਲੀ ਦੇ ਵਿੱਚ ਰਹਿਣ ਵਾਲੇ ਬੰਦਿਆਂ ਨੂੰ ਉਹਨਾਂ ਨੂੰ ਅਤੇ ਉਸ ਤੋਂ ਬਾਅਦ ਜਿਹੜਾ 22 23 ਜਿਹੜਾ 100 ਕਰੋੜ ਐਰਵਾ 2023 ਅਤੇ 2024 ਦੇ ਵਿੱਚ ਸਰਕਾਰ ਨੇ ਬੰਦਿਆਂ ਨੂੰ ਰੱਖਣਾ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਇੱਕ ਟੋਟਲ ਫੰਡ ਰੱਖ ਲਿਆ ਕਿ ਅਸੀਂ ਐਨਾ ਰੱਖਣਾ। ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸੁਪਰ ਬੋਨਸ ਜਿਹਨੂੰ 110% ਤੱਕ ਅਸੀਂ ਰੀਇੰਬੋਰਸ ਕਰਵਾ ਸਕਦੇ ਹਿੱਸੇ ਤ ਤ ਤ ਤ ਦੇ ਵਿੱਚ ਇਹ ਜਿਹੜਾ ਹੁਣ 90% ਤੱਕ ਰਹਿ ਜਾਣਾ। 2023 ਦੇ ਵਿੱਚ 90% ਤੱਕ ਹੋ ਜਾਣਾ। ਤੇ ਜਿਨ੍ਹਾਂ ਬੰਦਿਆਂ ਨੇ ਪਹਿਲਾਂ ਹੀ ਜਿਹੜੇ ਦੁਮਾਨ ਦੇ ਕੀਤੇ ਗਾਇਆ ਜਿਨ੍ਹਾਂ ਨੇ ਪਹਿਲਾਂ ਕੀਤੇ ਉਹ ਉਹਨਾਂ ਸਾਰਿਆਂ ਦੇ ਤਕਰੀਬਨ ਚਾਂਸ ਹੈਗੇ 110% ਰੈਂਡ ਦੇ ਜਿਨ੍ਹਾਂ ਨੇ ਨਵੇਂ ਕਰਨੇ ਆ ਉਹਨਾਂ ਨੂੰ ਹੁਣ 2023 ਦੇ ਵਿੱਚ 90% ਹੀ ਜਿਹੜੇ ਪੈਸੇ ਮਿਲਣੇ ਜਦਾਂ ਕਿ ਜਿਹੜੇ ਕੋਨਡੋਮੀਨੀਅਮ ਵਾਲੇ ਆ ਤੇ ਜਿਹੜੇ ਬੰਦੇ ਪ੍ਰਾਈਵੇਟ ਹੋ ਉਹਨਾਂ ਨੂੰ ਤਕਰੀਬਨ 110% ਤੱਕ ਹੀ ਦਿੱਤਾ ਜਾਣਾ ਰੋਮਾ ਦੇ ਵਿੱਚ ਮਨੀਫੈਸਟਾਜ਼ਿਓਨੇ ਪਰ ਲਾ ਪਾਚੇ ਅਸੀਂ ਕਹਿ ਸਕਦੇ ਹਾਂ ਇਹ ਜੋ ਮਨੀਫੈਸਟੇਸ਼ਨ ਸੀ ਉਹਨਸੀ ਇਹਦੇ ਵਿੱਚ ਤਕਰੀਬਨ ਸ਼ਾਂਤੀ ਦੇ ਲਈ ਇੱਕ ਪੀਸ ਲਈ 1 ਲੱਖ ਬੰਦਾ ਪਹੁੰਚਿਆ ਸੀ ਤੇ ਮਿਲਾਨ ਦੇ ਵਿੱਚ ਤਕਰੀਬਨ 5000 ਬੰਦੇ ਪਹੁੰਚੇ ਸਨ ਇਹ ਸਗਾ ਕਿ ਦੁਨੀਆ ਦੇ ਵਿੱਚ ਇਟਲੀ ਦੇ ਵਿੱਚ ਸਾਰੇ ਪਾਸੇ ਸ਼ਾਂਤੀ ਰਹੇ ਅਦੇ ਇਸ ਤੋਂ ਬਾਅਦ ਇੱਕ ਹੋਰ ਅਪਡੇਟ ਹੈ ਜੀ ਜੋ ਸਰਕਾਰ ਕਰ ਰਹੀ ਹੋਇਆ ਹੈ ਕਿ ਇਟਲੀ ਦੇ ਜੇ ਸਮੁੰਦਰ ਏਰੀਆ ਦੀ ਗੱਲ ਕਰਦੇ ਇਟਲੀ ਤੋਂ 9 ਮੀਲ ਦੀ ਦੂਰੀ ਤੇ ਜਿਹੜੀ ਗੈਸ ਆ ਉਹਨੂੰ ਕੱਢਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਗੈਸ ਆ ਜਨਵਰੀ ਤੱਕ ਹੀ 100 ਤੋਂ ਜੇ ਅਸੀਂ ਗੱਲ ਕਰਦੇ ਹਾਂ 100 ਤੋਂ 200 ਕਰੋੜ ਘਣਮੀਟਰ ਜਿਹਨੂੰ ਅਸੀਂ ਕੂਬਿਕ ਮੀਟਰ ਕਹਿੰਦੇ ਆ 100 ਤੋਂ 200 ਕੂਬਿਕ ਮੀਟਰ ਜਿਹੜੀ ਇਹਨਾਂ ਦੀ ਕੱਢਣ ਦੀ ਸਕੀਮ ਲੱਗ ਰਹੀ ਹੈ ਇਹ ਦੱਸ ਰਹੇ ਨੇ ਕਿ ਆਉਣ ਵਾਲੇ 10 ਤੋਂ 15 ਸਾਲਾਂ ਦੇ ਵਿੱਚ ਅਸੀਂ ਜਿਹੜਾ 1000 ਤੋਂ 1500 ਕਰੋੜ ਕੂਬਿਕ ਮੀਟਰ ਜਿਹੜਾ ਉਥੋਂ ਇਟਲੀ ਦੀ ਗੈਸ ਜਿਹੜੀ ਆਪਣੀ ਬਣਾਣੀ ਆ ਇਸ ਹੋਂ ਕਰਨ ਇਸ ਕਰਕੇ ਆ ਕਿ ਰਸ਼ੀਆ ਦੇ ਉੱਤੇ ਜਿੰਨਾ ਵੀ ਇਟਲੀ ਡਿਪੈਂਡ ਵਾ ਉਸ ਨੂੰ ਘਟਾਇਆ ਜਾਵੇ ਕਾਰਨ ਹੀ ਦੱਸਿਆ ਜਾ ਰਿਹਾ ਹੈ ਕਿ ਰਸ਼ੀਆ ਨਾਲ ਹੁਣ ਜੋ ਸੰਬੰਧ ਸੀਗੇ ਖਰਾਬ ਹੋ ਰਹੇ ਨੇ ਰੇਟ ਵਧ ਰਹੇ ਨੇ ਇਸ ਟਾਈਮ ਜਿਹੜੀ ਗੈਸ ਆ ਇਹਦਾ ਰੇਟ ਵਧ ਰਿਆ ਮੈਲੋਨੀ ਦੀ ਸਰਕਾਰ ਨੇ ਕਿ ਜਿਹੜੀ ਇਟਲੀ ਦੇ ਕੋਲ ਗੈਸ ਹੈਗੀ ਆ ਉਹਨੂੰ ਹੀ ਕੱਢੋ ਥੋੜਾ ਜਿਹਾ ਖਰਚਾ ਆਜੂਗਾ ਪਰ ਇਟਲੀ ਦੇ ਵਿੱਚ ਸਾਡੇ ਕੋਲ ਆਪਣੀ ਗੈਸ ਹੋਊਗੀ ਅਸੀਂ ਕਿਸੇ ਤੇ ਡਿਪੈਂਡ ਨਹੀਂ ਰਹਾਂਗੇ ਇਟਲੀ ਦੇ ਵਿੱਚ ਜਿਹੜੇ ਰਿਜ਼ਰਵ ਕਰਨ ਵਾਲੇ ਨੇ ਉਹਦੇ ਕੋਟੇ ਨੇ ਜਿਹੜਾ ਗੈਸ ਨੂੰ ਸਟੋਰ ਕਰਨੇ ਸਟੋਰੇਜ ਨੂੰ ਵੀ ਕਹਿੰਦੇ ਵਧਾਇਆ ਜਾਵੇ ਤਾ ਜੋ ਆਉਣ ਵਾਲੇ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਕਿ ਭਵਿੱਖ ਦੇ ਵਿੱਚ ਕੋਈ ਇਦਾਂ ਦੀ ਆਫਤ ਆ ਜਾਂਦੀ ਆ ਕਿ ਸਾਨੂੰ ਜਿਹੜੀ ਸਟੋਰ ਕੀਤੀ ਗੈਸ ਵਰਤਣੀ ਪਵੇ ਤਾਂ ਇਟਲੀ ਦੇ ਕੋਲ ਜਿਹੜੀ ਸਟੋਰੇਜ ਆ ਸਟੋਕੇਜ ਆ ਉਹ ਵੱਧ ਹੋਵੇ ਇਸ ਤੋਂ ਬਾਅਦ ਜਿਹੜਾ ਅਸੀਂ ਕਹੀਏ ਕੋਈ ਵੀ ਕਿਸੇ ਹੋਰ ਤਰ੍ਹਾਂ ਦਾ ਅਪਡੇਟ ਨਹੀਂ ਆਇਆ ਹਾਂਜੀ ਪਰ ਇੱਕ ਹੋਰ ਅਪਡੇਟ ਹੈ ਜੋ ਇਸ ਟਾਈਮ ਦੱਸਿਆ ਜਾ ਰਿਹਾ ਕਿ ਇੱਕ ਬੰਦਾ 1995 ਤੋਂ ਲੈ ਕੇ 2008 ਤੱਕ ਇੱਕ ਟੈਕਨੀਸ਼ੀਅਨ ਦਾ ਕੰਮ ਕਰਦਾ ਇੱਕ ਫੈਕਟਰੀ ਦੇ ਵਿੱਚ ਅਸੀਂ ਕਰ ਸਕਦੇ ਹਾਂ ਇੱਕ ਟੈਕਨੀਸ਼ੀਅਨ ਦਾ ਕੰਮ ਕਰਦਾ ਸੀਗਾ ਤੇ ਹਰ ਰੋਜ਼ ਤਕਰੀਬਨ 2 ਤੋਂ 2.5 ਘੰਟੇ ਉਹ ਟੈਲੀਫੋਨ ਦੀ ਵਰਤੋਂ ਕਰਦਾ ਸੀ ਟੈਲੀਫੋਨਾਂ ਦਾ ਇਹ ਸਿੱਧਾ ਵੀ ਰੱਖ ਸਕਦੇ ਨੇ ਕਿ 2.5 ਘੰਟੇ ਲਗਾਤਾਰ ਉਹ ਬੰਦਾ ਟੈਲੀਫੋਨ ਵਰਤਦਾ ਸੀ ਅਤੇ ਆਪਣਾ ਜਿਹੜਾ ਖੱਬੇ ਕੰਨ ਦੇ ਉੱਤੇ ਆਪਣਾ ਟੈਲੀਫੋਨ ਰੱਖ ਕੇ ਬੰਦਿਆਂ ਨਾਲ ਗੱਲਬਾਤ ਕਰਦਾ ਸੀ ਜਿਹੜੇ ਉਹਦੇ ਨਾਲ ਪ੍ਰੋਬਲਮ ਆ ਰਹੀਆਂ ਸਨ ਅਤੇ ਇਹ ਜਿਹੜਾ 1995 ਤੋਂ ਲੈ ਕੇ 2008 ਤੱਕ 13 ਸਾਲ ਉਹਨੇ ਕੰਮ ਕੀਤਾ ਤਾਂ ਉਹਦੇ ਨਾਲ ਉਹ ਜਿਹੜਾ ਖੱਬੇ ਕੰਨ ਤੋਂ ਉਹਨੂੰ ਸੁਣਨਾ ਘੱਟ ਹੋ ਗਿਆ ਉਹ ਬੋਲਾ ਬਣ ਗਿਆ ਜਿਸ ਦੇ ਨਾਲ ਉਹਨੇ ਕੇਸ ਕੀਤਾ ਇੰਪਸ ਨੇ ਪਹਿਲਾਂ ਕਿਹਾ ਨਹੀਂ ਪਰ ਹੁਣ ਕੇਸ ਕੀਤਾ ਸੀ ਕੇਸ ਉਹ 2022 ਦੇ ਵਿੱਚ ਜਿੱਤ ਗਿਆ ਜਿਸ ਦੇ ਕਾਰਨ ਜਿੰਨੇ ਵੀ ਪੁਰਾਣੇ ਵੀ ਪੈਸੇ ਨੇ ਇੰਪਸ ਨੂੰ ਦੇਣੇ ਪਏ ਤੇ 300 ਮਹੀਨਾ ਉਹਨੂੰ ਦੇਣਾ ਪਿਆ ਕਿਉਂਕਿ ਟੈਲੀਫੋਨ ਦੇ ਜਿਹੜੀ ਰੇਡੀਓ ਫ੍ਰੀਕੁਐਂਸੀ ਹੁੰਦੀ ਹੈ ਉਹਨਾਂ ਨੇ ਇਹਦੇ ਜਿਹੜੇ ਕੰਨ ਦੇ ਪੜਦਿਆਂ ਦੇ ਨੁਕਸਾਨ ਪਹੁੰਚਾਇਆ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਟੈਲੀਫੋਨ ਹੋਗਾ ਜਾਂ ਫਿਰ ਜਿਹੜੇ ਬਲੂਟੂਥ ਵਗੈਰਾ ਹੁੰਦੇ ਆਪਾਂ ਇਹ ਲਾਉਂਦੇ ਆ ਆਪਣੇ ਕੰਨਾਂ ਦੇ ਵਿੱਚ ਇਹਨਾਂ ਤੋਂ ਸਾਨੂੰ ਜਿੰਨੀ ਹੋ ਸਕੇ ਵਾਰ ਤੋਂ ਜਿਹੜੀ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਟੈਲੀਫੋਨ ਦੇ ਨਾਲ ਕੈਂਸਰ ਟਿਊਮਰ ਹੋਣ ਦਾ ਵੀ ਖਤਰਾ ਹੁੰਦਾ ਨੇ ਨੀ ਜਿਹੜੀ ਰੇਡੀਏਸ਼ਨ ਆ ਹੁੰਦੀਆਂ ਬਹੁਤ ਹੀ ਜ਼ਿਆਦਾ ਖਰਾਬ ਹੁੰਦੀਆਂ ਨੇ ਜੀ ਅਤੇ ਵਕੀਲ ਨੇ ਤਾਂ ਇੱਥੇ ਤੱਕ ਵੀ ਹਿਸਾਬ ਲਾਇਆ ਹੈ ਕਿ ਇਹ ਜਿਹੜੇ 1995 ਤੋਂ ਲੈ ਕੇ 2008 ਤੱਕ ਤਕਰੀਬਨ 13 ਸਾਲ ਜਿਹੜਾ ਇਹਨੇ ਕੰਮ ਕੀਤਾ ਇਹਨਾਂ ਦੇ ਵਿੱਚ 10361 ਘੰਟੇ ਇਹ ਬੰਦਾ ਰੇਡੀਏਸ਼ਨ ਦੇ ਟੱਚ ਦੇ ਵਿੱਚ ਰਿਹਾ ਜੋ ਕਿ ਹਮੇਸ਼ਾ ਕੰਮ ਤੇ ਸੀਗਾ ਚਾਹੇ ਹਰ ਰੋਜ਼ 2 ਤੋਂ 2.5 ਘੰਟੇ ਯੂਜ਼ ਕਰ ਰਹੇ ਪਰ ਇੰਨੇ ਘੰਟੇ ਦੇ ਰੇਡੀਏਸ਼ਨ ਲਈ ਜਿਸ ਤੇ ਕਰਨੇ ਦਾ ਕੰਨ ਖਰਾਬ ਹੋਇਆ ਅਤੇ ਹੁਣ ਇੰਪਸ ਨੂੰ ਜਿਹੜੇ ਪੁਰਾਣੇ ਵੀ ਪੈਸੇ ਨੇ 2008 ਤੋਂ ਲੈ ਕੇ ਹੁਣ ਤੱਕ ਸਾਰੇ 3300 ਦੇ ਹਿਸਾਬ ਨਾਲ ਦੇਣੇ ਪੈਣੇ ਉਸ ਤੋਂ ਬਾਅਦ ਅੱਜ ਦੀਆਂ ਖਬਰਾਂ ਇੱਥੇ ਸਮਾਪਤ ਹੁੰਦੀਆਂ ਨੇ ਜੀ ਕੋਸ਼ਰ ਸਵਾਲ ਨੇ ਜੋ ਸਾਡੇ ਕਮੈਂਟਾਂ ਦੇ ਵਿੱਚ ਪੁੱਛੇ ਗਏ ਸੀ ਸਾਡੀ ਟੀਮ ਨੇ ਸਾਡੇ ਮੂਰੇ ਰੱਖੇ ਨੇ ਉਹਨਾਂ ਦੇ ਸਵਾਲ ਦੇਣ ਦੀ ਸਵਾਲਾਂ ਦੇ ਜਵਾਬ ਦੇਣ ਦੀ ਸੀ ਕੋਸ਼ਿਸ਼ ਕਰਦੇ ਹਾਂ ਜੀ ਇਹ ਸਭ ਤੋਂ ਪਹਿਲਾ ਸਵਾਲ ਆ ਜੀ ਦਿਲਜੀਤ ਗੌਰ ਭੈਣ ਜੀ ਦਾ ਦੱਸਿਆ ਜਾ ਰਿਹਾ ਕਿ ਕਹਿੰਦੇ ਪੁੱਛਿਆ ਸੀਗਾ ਕਿ ਸਤਸਿਗਗਲ ਜੀ ਵੀਜ਼ੇ ਤੇ ਇੰਡੀਆ ਜਾ ਸਕਦੇ ਆ ਇੰਡੀਅਨ ਪਾਸਪੋਰਟ ਕੈਨਸਲ ਕਰਾਉਣ ਨੂੰ ਦਿੱਤਾ ਹੈ ਇਲੈਕਟ੍ਰੋਨਿਕ ਵੀਜ਼ਾ ਦੇਖੋ ਜਿੱਥੇ ਤੱਕ ਸਾਨੂੰ ਜਾਣਕਾਰੀ ਆ ਉਹਦਾ ਇਹ ਆ ਕਿ ਜਿਸ ਟਾਈਮ ਸਾਨੂੰ ਇਟਲੀ ਦੀ ਨੈਸ਼ਨੈਟੀ ਮਿਲ ਜਾਂਦੀ ਆ ਜਾਂ ਕਿਸੇ ਹੋਰ ਦੇਸ਼ ਦੀ ਵੀ ਨੈਸ਼ਨੈਟੀ ਮਿਲ ਜਾਂਦੀ ਆ ਅਸੀਂ ਜਿਹੜਾ ਆਪਣਾ ਪਾਸਪੋਰਟ ਕੈਨਸਲ ਕਰਾਣ ਦੇ ਦੰਨੇ ਆ ਮੇਨ ਗੱਲ ਇਹ ਹੁੰਦੀ ਆ ਕਿ ਸਾਨੂੰ ਨੈਸ਼ਨੈਟੀ ਮਿਲਣ ਤੋਂ ਬਾਅਦ ਅਸੀਂ ਇੰਡੀਅਨ ਪਾਸਪੋਰਟ ਦੇ ਉੱਤੇ ਟਰੈਵਲ ਨਹੀਂ ਕਰਨਾ ਅਸੀਂ ਜਿਹੜਾ ਸਾਡੇ ਕੋਲ ਇਟਾਲੀਅਨ ਪਾਸਪੋਰਟ ਆ ਜਾਂ ਕਿਸੇ ਹੋਰ ਕੰਟਰੀ ਦਾ ਸਾਡੇ ਕੋਲ ਜਦੋਂ ਨੈਸ਼ਨੈਟੀ ਪਾਸਪੋਰਟ ਆ ਜਾਂਦਾ ਅਸੀਂ ਉਹਦੇ ਤੇ ਵੀਜ਼ਾ ਲਵਾ ਕੇ ਟਰੈਵਲ ਕਰ ਸਕਦੇ ਹਾਂ ਜਿੱਦ ਤੱਕ ਸਾਨੂੰ ਯਾਦ ਆ 3 ਮਹੀਨੇ ਦਾ ਟਾਈਮਿੰਗ ਹੁੰਦਾ ਜਿਸ ਤੋਂ ਬਾਅਦ ਇੰਡੀਆ ਤੋਂ ਫਿਰ ਬਾਹਰ ਜਾਣਾ ਪੈਂਦਾ ਉਸ ਤੋਂ ਬਾਅਦ ਸਭੀ ਭਾਜੀ ਦਾ ਸਵਾਲ ਸੀ ਕਹਿੰਦੇ ਵੀਰ ਜੀ ਫਿੰਗਰ ਕਰਵਾਉਣ ਤੋਂ ਬਾਅਦ ਅਸੀਂ ਇੰਡੀਆ ਜਾ ਸਕਦੇ ਹਾਂ ਜੇ ਜਾ ਸਕਦੇ ਹਾਂ ਤਾਂ ਇੰਡੀਆ ਦੇ ਵਿੱਚ ਕਿੰਨਾ ਟਾਈਮ ਸਟੈਗ ਸਟੇ ਕਰ ਸਕਦੇ ਹਾਂ ਇਹ ਜਿਹੜਾ ਸਵਾਲ ਆ ਬਹੁਤ ਵਾਰ ਪੁੱਛਿਆ ਜਾਂਦਾ ਸੀ ਕੱਲ ਵੀ ਦੱਸਿਆ ਸੀਗਾ ਫਿੰਗਰ ਕਰਵਾਉਣ ਤੋਂ ਬਾਅਦ ਤੁਸੀਂ ਇੰਡੀਆ ਜਾ ਸਕਦੇ ਹੋ ਰਿਜੇਵੂਤਾ ਤੁਹਾਡੇ ਕੋਲ ਆ ਨਾਰਮਲੀ ਕੋਈ ਪ੍ਰੋਬਲਮ ਨਹੀਂ ਹੁੰਦੀ ਇਟਲੀ ਦੇ ਵਿੱਚ ਜੇਕਰ ਤੁਹਾਡੇ ਫਰਜ਼ ਕਰੋ ਤੁਹਾਨੂੰ ਸਜੋਰ ਨੂੰ ਮਿਲਣ ਨੂੰ 2 ਸਾਲ ਲੱਗਦੇ ਆ 3 ਸਾਲ ਲੱਗਦੇ ਆ ਤੁਹਾਡੇ ਏਰੀਆ ਦੇ ਵਿੱਚ ਇਟਲੀ ਦੇ ਵਿੱਚ ਤੁਸੀਂ 2 ਸਾਲ ਐਕਸਪਾਇਰ ਸਜੋਰ ਨੂੰ ਨਾਲ ਲਈਆ ਤੁਹਾਡੇ ਰਿਸੀਵੋਤਾ ਤਾਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਟਲੀ ਤੋਂ ਬਾਹਰ ਜਿਹੜਾ ਤੁਹਾਨੂੰ ਪ੍ਰੋਬਲਮ ਕਰ ਸਕਦੇ ਆ ਜ਼ਰੂਰੀ ਨਹੀਂ ਕਿ ਪ੍ਰੋਬਲਮ ਆਊਗੀ ਪਰ ਜੇ ਤੁਸੀਂ 6 ਕ ਮਹੀਨੇ ਜਿਹੜਾ ਆਪਣਾ ਰਿਸੀਵੋਤਾ ਤੇ ਜਿਹੜੀ ਸਲਿੱਪ ਦੀ ਟਾਈਮ ਆ ਫਿੰਗਰਾਂ ਤੋਂ ਵਿੱਚ ਵਿੱਚ ਵਾਪਸ ਆ ਜਾਂਦੇ ਆ ਤਾਂ ਕੋਈ ਪ੍ਰੋਬਲਮ ਨਹੀਂ ਪਰ 2013 ਦੇ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਪ੍ਰੋਬਲਮ ਆਈਆਂ ਸੀ ਸਾਨੂੰ ਪਤਾ ਕਿਉਂਕਿ 2013 ਦੇ ਵਿੱਚ ਮੈਂ ਵੀ ਇੰਡੀਆ ਸੀਗਾ ਇੰਡੀਆ ਸੀ ਗਿਆ ਸੀ ਜਿਸ ਟਾਈਮੇ ਪ੍ਰੋਬਲਮਾਂ ਲੋਕਾਂ ਨੇ ਫੇਸ ਕੀਤੀਆਂ ਸੀ ਸਾਡੀ ਜਾਣ ਪਛਾਣ ਦੇ ਵਿੱਚ ਵੀ ਬੰਦੇ ਬਹੁਤ ਰਹੇਗੇ ਸੀ ਉਸ ਤੋਂ ਬਾਅਦ ਹਸਨ ਵੀਰ ਪੁੱਛ ਰਹੇ ਨੇ ਕਹਿੰਦੇ ਵੀਰ ਜੀ ਜਿਹੜੇ ਬੰਦੇ ਇੱਥੇ ਨੇ ਕੱਚੇ ਨੇ ਉਹਨਾਂ ਨੂੰ ਪੱਕੇ ਕੀਤਾ ਜਾਊਗਾ ਜਾਂ ਫਿਰ ਨਹੀਂ ਕੀਤਾ ਜਾਊਗਾ ਇਹ ਵੀ ਇੱਕ ਸਵਾਲ ਹੈ ਕਿ ਕੱਚੇ ਬੰਦਿਆਂ ਦਾ ਕੀ ਬਣਨਾ ਦੇਖੋ ਜਿਸ ਟਾਈਮ ਦਰਾਗੀ ਦੀ ਸਰਕਾਰ ਸੀ ਉਹ ਕਹਿ ਰਹੀ ਸੀ ਕਿ ਜਿਹੜੇ ਬੰਦੇ 1 ਮਈ 2022 ਤੋਂ ਪਹਿਲਾਂ ਇਟਲੀ ਦੇ ਵਿੱਚ ਐਂਟਰ ਨੇ ਨਵੇਂ ਫਲੂਸੀ ਜਿਹੜੇ ਖੁੱਲਣੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਪੱਕੇ ਕੀਤਾ ਜਾਣਾ ਹੁਣ ਜਿਹੜੀ ਮੌਜੂਦਾ ਸਰਕਾਰ ਬਣੀ ਆ ਦਸਤਰਾਹ ਵਾਲਿਆਂ ਦੇ ਸੀ ਕਹਿੰਦੇ ਮਿਲੋਣੇ ਦੀ ਸਰਕਾਰ ਬਣੀ ਐ ਚ ਸਲਬੀ ਨਹੀਂ ਆ ਇਹ ਜਿਹੜਾ ਬਾਹਰਲੇ ਬੰਦਿਆਂ ਦੇ ਥੋੜਾ ਖਿਲਾਫ ਆ ਦੋ ਨੰਬਰੀ ਬੰਦਿਆਂ ਦੇ ਥੋੜਾ ਜਾਨੀ ਜਿਹੜੇ ਦੋ ਨੰਬਰ ਤੇ ਇਟਲੀ ਚ ਐਂਟਰ ਹੋਏ ਨੇ ਉਹਨਾਂ ਦੇ ਥੋੜਾ ਖਿਲਾਫ ਆ ਇੱਕ ਨੰਬਰ ਵਾਲਿਆਂ ਦੇ ਨਾਲ ਤੇ ਇਸ ਕਰਕੇ ਹੋ ਸਕਦਾ ਆ ਜੇਕਰ ਇਹ ਪੁਰਾਣੀ ਜੋ ਸਰਕਾਰ ਨੇ ਫੈਸਲਾ ਲਿਆ ਸੀ ਉੱਤੇ ਟਿਕੇ ਰਹਿਣ ਤਾਂ ਪਿਛਲਿਆਂ ਨੂੰ ਪੱਕਾ ਕਰਨਗੇ ਪਰ ਜਿਸ ਤਰ੍ਹਾਂ ਕਿ ਜਿਉ ਇਸ ਟਾਈਮ ਆਪਾਂ ਦੇਖ ਰਹੇ ਆਂ ਰਿਪੀਟ ਹੋ ਰਿਹਾ ਸਾਰਾ ਕੁਝ ਉਹਦੇ ਵਿੱਚ ਇਦਾਂ ਫੇ ਸਰਕਾਰ ਕਰ ਕੀ ਰਹੀ ਹੈ ਜਿਹੜੇ ਪਿਛਲੇ ਸਰਕਾਰ ਨੇ ਵਾਅਦੇ ਕੀਤੇ ਸਨ ਜਦੋਂ ਕਿ ਮੂੰਹ ਤੇ ਮਾਸਕ ਲਾਣਾ ਵੈਕਸੀਨ ਲਾਣੀ ਇਹ ਉਹਨਾਂ ਚੀਜ਼ਾਂ ਤੋਂ ਉਲਟ ਚੱਲ ਰਿਹਾ ਇਸ ਕਰਕੇ ਇਹ ਵੀ ਹੋ ਸਕਦਾ ਹੈ ਕਿ ਇਹ ਜਿਹੜਾ 1 ਮਈ ਤੋਂ ਪਹਿਲਾਂ ਜਿਹੜੇ ਬੰਦੇ ਕੱਚੇ ਉਹਨਾਂ ਨੂੰ ਪੱਕੇ ਕਰਨ ਵਾਲੀ ਗੱਲ ਤੋਂ ਉਲਟ ਜਾਣ ਬਾਕੀ ਟਾਈਮ ਦੱਸੋਗਾ ਜੀ ਆਫੀਸ਼ਲ ਸਰਕਾਰ ਨੇ ਅਨਾਉਂਸ ਕਰਨਾ ਅਸੀਂ ਸਿਰਫ ਆਪਣੇ ਵੱਲੋਂ ਆਈਡੀਆ ਲਾ ਸਕਦੇ ਹਾਂ ਉਸ ਤੋਂ ਬਾਅਦ ਸੰਜੀਵ ਅੰਜੂ ਜੀ ਨੇ ਪੁੱਛਿਆ ਕਿ ਸੱਚੀ ਗੱਲ ਭਾਜੀ 8 ਨਵੰਬਰ ਨੂੰ ਚੰਦ ਅੱਛਾ 8 ਨਵੰਬਰ ਨੂੰ ਚੰਦ ਨੂੰ ਗ੍ਰਹਿ ਲੱਗਣਾ ਹੈ ਚੰਦਨ ਗ੍ਰਹਿਣ ਇਟਲੀ ਦੇ ਵਿੱਚ ਉਹਦਾ ਟਾਈਮ ਕੀ ਆ Google ਤੋਂ ਸਰਚ ਕਰਕੇ ਦੇਖੀਏ ਜੀ Google ਤੇ ਦੇ ਲਿਖਿਆ ਹੈ 12:02 ਬਾਕੀ ਤੁਸੀਂ ਵੀ Google ਤੇ ਸਰਚ ਜ਼ਰੂਰ ਕਰਕੇ ਦੇਖਿਓ ਆਕਾਸ਼ਿਫ ਔਰ ਆਕਾਸ਼ਿਫ ali ਭਾਜੀ ਦਾ ਸਵਾਲ ਸੀ ਕਿ ਭਾਜੀ ਪਹਿਲਾਂ ਆਏ ਸੀ ਅੱਛਾ ਪਹਿਲੇ 2020 ਦੀ ਇਮੀਗ੍ਰੇਸ਼ਨ ਖਤਮ ਹੋ ਗਈ ਹੈ ਓਪਨ ਕਰਨਗੇ ਕਰਨੇ 2020 ਦੇ 2020 ਦੇ ਵਿੱਚ ਜਿਹੜਾ ਸਨਤੋਰੇ ਖੁੱਲਿਆ ਸੀ ਉਹ ਸਨਤੋਰੇ ਆ ਤਕਰੀਬਨ ਤਕਰੀਬਨ ਜਿੰਨੇ ਬੰਦਿਆਂ ਨੇ ਪਰ ਇਹ ਬਹੁਤ ਹੱਦ ਤੱਕ ਨਿਕਲ ਚੁੱਕਾ ਅਤੇ ਜਿਨ੍ਹਾਂ ਬੰਦਿਆਂ ਦਾ ਨਹੀਂ ਨਿਕਲਿਆ ਉਹਨਾਂ ਦੇ ਜਿਹੜੇ ਮਾਲਕ ਵਾ ਉਹਨਾਂ ਨੂੰ ਸਿਰਫ ਕੁਛ ਤੋਰੇ ਦੇ ਪਰਫਤੂਰੇ ਦੇ ਵਿੱਚ ਜਾਣ ਦੀ ਲੋੜ ਆ ਪੁੱਛਣ ਦੀ ਲੋੜ ਆ ਇਨਕੁਆਰੀ ਕਰਨ ਦੀ ਲੋੜ ਆ ਉਹ ਡੀਗ ਰਹੇ ਨੇ ਕਿ ਬੰਦੇ ਸਾਡੇ ਕੋਲ ਉਹਨਾਂ ਨੂੰ ਅਸੀਂ ਦੱਸਿਆ ਕਿ ਤੁਹਾਡੀ ਆ ਚੀਜ਼ ਘੱਟਾ ਬਾਦੋਂ ਤੁਹਾਡੇ ਪੇਪਰ ਤੁਹਾਨੂੰ ਦੇ ਦਿੱਤੇ ਜਾਣਗੇ ਜਾਫਰ ਜੇ ਕੋਈ ਹੋਰ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਵਕੀਲ ਕਰ ਸਕਦੇ ਹੋ ਵਕੀਲ ਦੇ ਨਾਲ ਤੁਹਾਡੀ ਜਿਹੜੀ ਪ੍ਰੋਸੈਸਿੰਗ ਟਾਈਮ ਜਿਹੜਾ ਥੋੜਾ ਜਿਆ ਤੇਜ਼ ਹੋ ਸਕਦਾ ਜੀ ਆ ਦੋਸਤੋ ਬਾਤ ਸਾਡਾ ਇੱਕ ਹੋਰ ਸਵਾਲ ਸੀ ਜਸਪਾਲ ਭਾਜੀ ਦਾ ਜਸਪਾਲ ਸਿੰਘ ਜੀ ਜੀ ਨੇ ਪੁੱਛਿਆ ਦੇ ਕਿ ਭਾਜੀ ਕਾਜ਼ਾ ਮੂਤੋਂ ਲੈਂਡ ਦਿਲੀ ਜੇ ਕਰਤਾ ਅਰਥਾਤਾ ਕੋਲ ਜਿਹੜੀ ਕਰਤਾ ਦੀ ਸਜ਼ੋਰਨ ਹੋਣੀ ਜ਼ਰੂਰੀ ਆ 2 ਸਾਲ ਦੀ ਸਜ਼ੋਰਨ ਹੋਵੇ ਤਾਂ ਫਿਰ ਲੋਨ ਮਿਲ ਜਾਂਦਾ ਇਹ ਸਾਡਾ ਸਵਾਲ ਇਹ ਜਿਹੜਾ ਸਵਾਲ ਆ ਹੋ ਸਕਦਾ ਸਾਡੇ ਕਿਸੇ ਹੋਰ ਵੀਰ ਭੈਣ ਨੂੰ ਵੀ ਇਸ ਦੀ ਲੋੜ ਹੋ ਸਕਦੀ ਹੈ ਦੇਖੋ ਜੇਕਰ ਤੁਸੀਂ ਮੂਤੂ ਉਹ ਲੈਣਾ ਸਭ ਤੋਂ ਪਹਿਲਾਂ ਜਿਹੜਾ ਕੀ ਆ ਤੁਹਾਡੇ ਕੋਲ ਉਹ ਵੈਲਿਡਸ ਹੋਣਾ ਹੋਣੀ ਚਾਹੀਦੀ ਹੈ ਮੇਨ ਗੱਲ ਦੂਸਰੇ ਨੰਬਰ ਤੇ ਕੀ ਕਿਹਾ ਜਾਂਦਾ ਕਿ ਤੁਹਾਡਾ ਜਿਹੜਾ ਕੰਟਰੈਕਟ ਹੋਣਾ ਜ਼ਰੂਰੀ ਹੈ ਕੰਟਰੈਕਟ ਹੋ ਜੇਕਰ ਇਹਦੇ ਤਰਮੀਨਾ ਤੋਂ ਹੋਵੇ ਤੁਹਾਡਾ ਫੀਸੋ ਕੰਟਰੈਕਟ ਹੋਵੇ ਤਾਂ ਬਹੁਤ ਵਧੀਆ ਗੱਲ ਆ ਜੇਕਰ ਦੇ ਤਰਮੀਨਾ ਤੋਂ ਹੋਵੇ ਉਹ ਘੱਟ ਤੋਂ ਘੱਟ ਦੇ ਤਰਮੀਨਾ ਤੋਂ ਵੀ 6 ਮਹੀਨੇ ਤੋਂ ਉੱਤੇ ਸਾਲਕ ਵਾਲਾ ਹੋਣਾ ਚਾਹੀਦਾ ਜਿਹੜਾ ਫੀਸੋ ਨਹੀਂ ਹੋਣਾ ਹੈਗਾ ਅਤੇ ਉਹ ਵੀ ਜਿਹੜਾ ਆ ਜਿੱਦਾਂ ਹੁਣ ਦਸੰਬਰ ਬਹੁਤ ਸਾਰੇ ਜਿਹੜੇ ਕੰਟਰੈਕਟ ਆ ਦਸੰਬਰ ਦੇ ਵਿੱਚ ਮੁੱਕ ਰਹੇ ਹੁੰਦੇ ਜੇਕਰ ਤੁਸੀਂ ਆਪਣਾ ਕੰਟਰੈਕਟ ਆਪਣਾ ਤੁਸੀਂ ਮੂਤੋ ਚੱਕਣਾ ਹੈ ਲੋਨ ਚੱਕਣਾ ਤਾਂ ਤੁਸੀਂ ਤੁਹਾਡਾ ਜਿਹੜਾ ਕੰਟਰੈਕਟ ਦੇ ਤਰਮੀਨਾ ਤੋਂ ਫਰਜ਼ ਕਰੋ 1 ਸਾਲ ਦਾ ਅੱਧੇ ਤੁਹਾਡਾ ਦਸੰਬਰ ਦੇ ਵਿੱਚ ਉਹ ਜਿਹੜਾ ਖਤਮ ਹੋ ਰਿਹਾ ਕੰਟਰੈਕਟ ਤੇ ਤੁਸੀਂ ਨਵੰਬਰ ਦੇ ਵਿੱਚ ਕਹਿ ਰਹੇ ਮੂਤੋ ਕਰਨਾ ਤਾਂ ਪ੍ਰੋਬਲਮ ਕਰ ਸਕਦੇ ਆ ਕਿਉਂਕਿ 2 ਮਹੀਨੇ ਬਾਅਦ ਕੰਟਰੈਕਟ ਖਤਮ ਹੋਣਾ ਉਹੀ ਜੇ ਤੁਸੀਂ ਜਨਵਰੀ ਦੇ ਵਿੱਚ ਕਰੋਗੇ ਤਾਂ ਸ਼ਾਇਦ ਤੁਹਾਨੂੰ ਪ੍ਰੋਬਲਮ ਥੋੜੀ ਘੱਟ ਆਊਗੀ ਉਸ ਤੋਂ ਬਾਅਦ ਇੱਕ ਹੋਰ ਸਵਾਲ ਸਿਕਾ ਸਾਡਾ ਆਪਣਾ ਜਸਵੀਰ ਸਿੰਘ ਭਾਜੀ ਦਾ ਸਵਾਲ ਸੀ ਸੌਰੀ ਪਹਿਲਾਂ ਜਸਪਾਲ ਸਿੰਘ ਭਾਜੀ ਸੀ ਹੁਣ ਜਸਵੀਰ ਸਿੰਘ ਭਾਜੀ ਦਾ ਸਵਾਲ ਸੀ ਕਿ ਵੀਰ ਜੀ ਇੱਕ ਜਾਣਕਾਰੀ ਸਾਂਝੀ ਕਰਿਓ ਕਿ OCI ਕਾਰਡ ਵਾਲੇ ਆ ਜਿਹੜੇ ਇੰਡੀਆ ਦੇ ਵਿੱਚ ਕਿੰਨਾ ਸਮਾਂ ਰਹਿ ਸਕਦੇ ਆ ਦੇਖੋ OCI ਕਾਰਡ ਵਾਲੇ ਆ ਨਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਿੱਥੇ ਤੱਕ ਸਾਨੂੰ ਇਨਫੋਰਮੇਸ਼ਨ ਅਸੀਂ Google ਤੋਂ ਹੀ ਪੁੱਛਿਆ ਜਿਹੜੇ PIO ਕਾਰਡ ਆ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਕੋਲ PIO ਕਾਰਡ ਆ ਉਹ 180 ਦਿਨਾਂ ਤੋਂ ਵੱਧ ਜੇਕਰ ਸਟੇ ਕਰਨ ਤਾਂ ਉਹਨਾਂ ਨੂੰ ਜਿਹੜੀ ਲੋਕਲ ਪੁਲਿਸ ਉਹਨਾਂ ਨੂੰ ਦੱਸਣਾ ਪੈਂਦਾ ਜੀ ਅਸੀਂ PIO 홀ਡਰ ਆ ਕਾਰਡ 홀ਡਰ ਆ ਅਸੀਂ ਇੱਥੋਂ 180 ਦਿਨਾਂ ਤੋਂ ਵੱਧ ਸਟੇ ਕਰ ਰਹੇ ਹਾਂ ਇੱਕ ਕਾਰਨ ਦੇਣਾ ਪੈਂਦਾ ਅਤੇ ਜਿਨ੍ਹਾਂ ਬੰਦਿਆਂ ਕੋਲ OCI ਕਾਰਡ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਜਿੰਨਾ ਟਾਈਮ ਮਰਜ਼ੀ ਸਟੇ ਕਰ ਸਕਦੇ ਪਰ ਫਿਰ ਵੀ ਜ਼ਿਆਦਾ ਇਨਫੋਰਮੇਸ਼ਨ ਦੇ ਲਈ ਜ਼ਿਆਦਾ ਸੇਫਟੀ ਦੇ ਲਈ ਤੁਸੀਂ ਆਪਣੇ ਟਰੈਵਲ ਏਜੰਟ ਜਾਂ ਫਿਰ ਜਿਹੜੇ ਐਮਬੈਸੀ ਉਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰੇ ਕਰਿਓ ਕਿਉਂਕਿ ਅਸੀਂ ਤੁਹਾਨੂੰ ਸਿਰਫ ਉਹੀ ਇਨਫੋਰਮੇਸ਼ਨ ਦੇ ਰਹੇ ਹਾਂ ਜੋ ਐਸ ਟਾਈਮ ਗੂਗਲ ਤੇ ਉਪਲਬਧ ਹੈ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਟਾਲੀਨ ਖਬਰਾਂ ਤੁਸੀਂ ਕਲੋਜ਼ਿੰਗ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸ਼ਤੇ ਰਿਸ਼ਤੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਰਾਜਪੂਤ ਪਰਿਵਾਰ ਦਾ ਲੜਕਾ ਹਾਈਟ 6 ਫੁੱਟ 2 ਇੰਚ ਰੰਗ ਸਾਫ ਘਰ ਫੀਸੋ ਕੰਮ ਤੇ ਲੱਗਾ ਹੋਇਆ ਇਟਲੀ ਦੇ ਵਿੱਚ ਜਿਹੜੀ ਲੜਕੀ ਹੋਣੀ ਚਾਹੀਦੀ ਹੈ ਟੈਲੀਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 327 253 7751 327 253 7751 ਸਿਰਫ ਰਾਜਪੂਤ ਪਰਿਵਾਰ ਹੀ ਸੰਪਰਕ ਕਰਨ ਜੀ Hindu ਪਰਿਵਾਰ ਦਾ ਲੜਕਾ ਜੀ ਉਮਰ 27 ਸਾਲਾ ਇਟਲੀ ਦੇ ਵਿੱਚ ਕੰਮ ਕਰ ਰਿਹਾ ਲੜਕੀ ਵੀ ਇਟਲੀ ਦੇ ਵਿੱਚ ਹੋਣੀ ਚਾਹੀਦੀ ਹੈ Hindu ਪਰਿਵਾਰ ਹੀ ਸੰਪਰਕ ਕਰ ਸਕਦੇ ਆ 334 312 6055 ਬ੍ਰਾਹਮਣ ਮਹਾਜਨ ਖੱਤਰੀ ਜਾਫਰ ਅਰੋੜਾ ਪਰਿਵਾਰ ਜਿਹੜੇ ਸੰਪਰਕ ਕਰ ਸਕਦੇ ਆ ਜੀ ਜੱਟ ਪਰਿਵਾਰ ਦਾ ਲੜਕਾ ਜੀ ਉਮਰ 27 ਸਾਲ ਇਟਲੀ ਦੇ ਵਿੱਚ ਫੀਸੋ ਕੰਮ ਤੇ ਲੱਗਾ ਹੋਇਆ ਜੀ ਇਟਲੀ ਦੇ ਵਿੱਚ ਹੀ ਲੜਕੀ ਹੋਣੀ ਚਾਹੀਦੀ ਆ ਸਿਰਫ ਜੱਟ ਪਰਿਵਾਰ ਹੀ ਸੰਪਰਕ ਕਰਨ 3891315765 ਜੱਟ ਪਰਿਵਾਰ ਦਾ 27 ਸਾਲ ਦਾ ਲੜਕਾ ਜੀ ਉੱਚਾ ਲੰਬਾ ਲੜਕਾ ਇਟਲੀ ਦੇ ਵਿੱਚ ਪੜਿਆ ਲਿਖਿਆ ਜੌਬ ਕਰ ਰਿਹਾ ਇਟਲੀ ਦੀ ਹੀ ਜੰਪ ਆਲਾ ਦੇਖੋ ਘਰ ਦੇ ਜਿਹੜੇ ਪਰਿਵਾਰ ਮੈਂਬਰ ਆ ਕਿਸੇ ਵੀ ਤਰ੍ਹਾਂ ਦੀ ਡਿਮਾਂਡ ਨਹੀਂ ਕਰ ਰਹੇ ਸਿਰਫ ਇਹ ਕਰ ਰਹੇ ਨੇ ਕਿ ਲੜਕੀ ਆ ਜਿਹੜੀ ਉੱਚੀ ਲੰਬੀ ਹੋਵੇ ਸੋਹਣੀ ਸੁਣਕੀ ਹੋਵੇ ਇਟਲੀ ਦੇ ਵਿੱਚ ਪੜ੍ਹੀ ਲਿਖੀ ਹੋਵੇ ਤੇ ਨਾਈਸ ਨੇਚਰ ਦੀ ਹੋਵੇ ਘਰ ਦੇਆਂ ਦੀ ਕੋਈ ਫਾਰਮੈਸ਼ ਨਹੀਂ ਹੈਗੀ ਕਿ ਕਿਸੇ ਵੀ ਤਰ੍ਹਾਂ ਦੀ ਦੇਹੇਜ ਦੀ ਲੋਡ ਮੰਗ ਨਹੀਂ ਹੈਗੀ ਟੈਲੀਫੋਨ ਨੰਬਰ ਨੋਟ ਕਰ ਲਓ ਜੀ 380 137 1699 3801371689 ਜੇਕਰ ਤੁਸੀਂ ਵੀ ਆਪਣੇ ਰਿਸ਼ਤਾ ਐਡ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੁਰ ਸਾਡਾ ਟੈਲੀਫੋਨ ਨੰਬਰ